नमस्कार, ਤੁਸੀਂ ਦੇਖ ਰਹੇ ਹੋ ਸਾਰੇ 7C ਨਿਊਜ਼। ਔਰ ਅੱਜ ਗੱਲ ਕਰਾਂਗੇ ਦਾ ਪਠਾਨਕੋਟ IGC ਇੰਡਸਟਰੀ ਐਸੋਸੀਏਸ਼ਨ ਦੇ ਜੋ ਪ੍ਰੈਜ਼ੀਡੈਂਟ ਹੈਗੇ ਆ ਵਿਵੇਕ ਚੌਧਰੀ ਜੀ। ਵਿਵੇਕ ਜੀ ਨਮਸਕਾਰ। ਵਿਵੇਕ ਜੀ, ਕੀ ਦਿੱਕਤਾਂ ਆ ਰਹੀਆਂ ਇੰਡਸਟਰੀ ਨੂੰ ਲੈ ਕੇ? ਅਜੇ ਜੀ ਦਿੱਕਤਾਂ ਤਾਂ ਬਹੁਤ ਹੈਗੀਆਂ, ਠੀਕ ਹੈ ਨਾ। ਪਹਿਲੀ ਜਿਹੜੀ ਸਭ ਤੋਂ ਪਹਿਲੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਗਵਰਨਮੈਂਟ ਦੇ ਨਾਂ ਲੈ ਕੇ ਸਪੋਰਟ 'ਚ ਹੈਗੇ ਹਾਂ, ਜਿਹੜਾ ਲੋਕਡਾਊਨ ਕੀਤਾ ਉਹਨਾਂ ਨੇ, ਅਸੀਂ ਉਹਦੇ ਅਗੇਂਸਟ ਨਹੀਂ ਹੈਗੇ। ਬਟ ਦਿੱਕਤਾਂ ਸਾਨੂੰ ਇਹ ਆ ਰਹੀਆਂ ਕਿ ਜਿਹੜੀ ਗਵਰਨਮੈਂਟ ਹਰ ਇੱਕ ਬਾਰੇ ਸੋਚੇ ਕਰਦੀ ਹੈ, ਸਾਡੇ ਵਪਾਰੀਆਂ ਬਾਰੇ, ਜਿਹੜੀ ਇੰਡਸਟਰੀਸਟ ਹੈਗੇ ਉਹਨਾਂ ਬਾਰੇ ਹਲੇ ਤੱਕ ਵੀ ਕੋਈ ਜਿਹੜਾ ਕਹਿੰਦੇ ਪ੍ਰੋਪਰ ਸਟੈਪ ਨਹੀਂ ਲਿੱਤਾ ਗਿਆ। ਮੋਟੀ ਮੋਟੀ ਗੱਲ ਹੈ ਜੀ, ਸਾਡੀ ਇੰਡਸਟਰੀ ਏਰੀਆ ਵਿੱਚ ਮਾਈਗ੍ਰੈਂਟ ਲੇਬਰ ਰਹੀ ਕਰਦੀ ਹੈ, ਠੀਕ ਹੈ ਜੀ। ਉਹਨਾਂ ਦਾ ਖਾਣ ਪੀਣ ਰਹਿਣ ਹਰ ਬੰਦਾ ਜਿਹੜਾ ਇੰਡਸਟਰੀਸਟ ਹੈਗਾ ਜਿਹਦੀ ਫੈਕਟਰੀ 'ਚ ਰਹਿ ਰਹੀ ਹੈ ਉਹ ਚੱਕ ਰਿਹਾ ਜੀ। ਅਸੀਂ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰ ਰਹੇ ਹਾਂ। ਉਸ ਤੋਂ ਬਾਅਦ ਅਸੀਂ ਰੀਸੈਂਟਲੀ ਹੁਣ ਮਾਰਚ ਮਹੀਨੇ ਦੀ ਤਨਖਾਹਾਂ ਵੀ ਦਿੱਤੀਆਂ ਜੀ ਉਹਨਾਂ ਨੂੰ, ਜੋ ਸਾਨੂੰ ਗਵਰਨਮੈਂਟ ਨੇ ਕਿਹਾ ਅਸੀਂ ਉਹ ਸਾਰੀ ਅਸੀਂ ਪੇਮੈਂਟ ਉਹਨਾਂ ਨੂੰ ਕਰਤੀ ਹੈ। ਸਾਨੂੰ ਦਿੱਕਤ ਇਹ ਆ ਰਹੀ ਹੈ ਸਰ ਕਿ ਅਸੀਂ ਤਨਖਾਹਾਂ ਵੀ ਦੇਣੀਆਂ ਸੀਗਾ, ਕੰਮ ਕਰਵਾਇਆ ਸੀਗਾ, ਦੇਤੀਆਂ। ਜਿਹੜਾ ਹੁਣ ਅਪ੍ਰੈਲ ਦਾ ਮਹੀਨਾ ਚੱਲ ਪਿਆ, ਉਹਦੀਆਂ ਵੀ ਲੇਬਰ ਸਾਡੇ ਕੋਲੋਂ ਡਿਮਾਂਡ ਕਰਨੀ ਸ਼ੁਰੂ ਕਰਤੀ ਹੈ ਜੀ, ਸਾਨੂੰ ਐਡਵਾਂਸ ਜੋ ਦਿਓ ਜੀ, ਸਾਨੂੰ ਅਪ੍ਰੈਲ ਦੇ ਮਹੀਨੇ ਦੇ ਖਰਚੇ ਦਿਓ ਜੀ। ਉਹ ਕਿਉਂ ਕਰ ਰਹੀ? ਕਿਉਂਕਿ ਗਵਰਨਮੈਂਟ ਵੱਲੋਂ ਕਿਸੇ ਨਾ ਕਿਸੇ ਵਾਇਆ ਮੀਡੀਆ ਨਾਲ ਉਹਨਾਂ ਨੂੰ ਐਜੂਕੇਟ ਕੀਤਾ ਜਾ ਰਿਹਾ ਕਿ ਵੀ ਤੁਸੀਂ ਲਾਈਬਲ ਹੋ ਪੇਮੈਂਟ ਲੈਣ ਦੇ ਆਪਣੇ ਇੰਪਲੋਇਰ ਕੋਲੋਂ। ਅਸੀਂ ਗਵਰਨਮੈਂਟ ਨੂੰ ਇਹੀ ਕਹਿੰਦੇ ਹਾਂ ਕਿ ਪਲੀਜ਼, ਆਲਰੇਡੀ ਅਸੀਂ ਬਹੁਤ ਫਸੇ ਦੇ ਹੈਗੇ, ਜਿਹੜੀਆਂ ਤੇ ਚੀਜ਼ਾਂ ਅਸੀਂ ਕਰ ਰਹੇ ਹਾਂ, ਰਾਸ਼ਨ ਹੈ, ਪਾਣੀ ਹੈ, ਹੋਰ ਜੋ ਡੇਲੀ ਐਸੈਂਸ਼ਲ ਆਈਟਮਸ ਹੈਗੇ ਦੇ ਰਹੇ ਹੈਗੇ, ਪਰ ਇਹਦੇ ਬਾਅਦ ਅਗਰ ਤੁਸੀਂ ਇੰਪਲੋਈ ਨੂੰ ਸਾਡੇ ਅਗੇਂਸਟ ਨਾ ਕਰੋ, ਇਹ ਐਜੂਕੇਟ ਕਰਕੇ ਕਿ ਜਿਹੜਾ ਇੰਪਲੋਇਰ ਉਹ ਲਾਈਬਲ ਤੁਹਾਨੂੰ ਪੈਸੇ ਦੇਣ ਦਾ, ਕਿਉਂਕਿ ਅਸੀਂ ਕਿਹਦੇ ਕੋਲੋਂ ਮੰਗਾਂਗੇ ਜੀ? ਅਸੀਂ ਵੀ ਕਮਾਈ ਕਰਕੇ ਹੀ ਦੇਣਾ ਨਾ ਉਹਨਾਂ ਨੂੰ। ਅਗਰ ਤੁਸੀਂ ਐਜ਼ ਐਨ ਐਵਰੇਜ ਲਗਾਓ, ਇੱਕ ਸਮਾਲ ਯੂਨਿਟ ਦਾ ਜਾਂ ਮਾਈਕਰੋ ਯੂਨਿਟ ਦਾ 5 ਤੋਂ 10 ਲੱਖ ਰੁਪਇਆ ਐਜ਼ ਐਨ ਐਵਰੇਜ ਕਹਿ ਰਿਹਾ, ਛੋਟੀ ਗੱਲ ਕਰ ਰਿਹਾ, ਖਰਚਾ ਹੈਗਾ ਮਹੀਨੇ ਦਾ। ਸਪੋਜ਼ ਜੇ 3 ਮਹੀਨੇ ਲੋਕਡਾਊਨ ਰਿਹਾ ਤਾਂ 10 ਲੱਖ ਦੇ ਹਿਸਾਬ ਨਾਲ 30 ਲੱਖ ਹੋ ਗਿਆ ਸਰ। ਹੁਣ 10 ਲੱਖ ਮਹੀਨਾ ਅਗਰ ਇੱਕ ਬੰਦਾ ਖਰਚ ਰਿਹਾ, ਇੱਕ ਫਿਕਸ ਲਾਇਬਿਲਿਟੀ ਉਹਦੇ ਸਿਰ 'ਤੇ ਹੈਗੀ ਹੈ, ਉਸ 10 ਲੱਖ ਨਾਲ ਉਹ 1 ਕਰੋੜ ਦਾ ਕੰਮ ਵੀ ਕਰ ਸਕਦਾ, 10 ਕਰੋੜ ਦਾ ਕੰਮ ਵੀ ਕਰ ਸਕਦਾ, ਉਸੇ ਤੋਂ ਉਹਨੇ 10 ਲੱਖ ਪੂਰਾ ਕਰਨਾ। ਸਾਡਾ ਇਹ ਹੈਗਾ ਇਸ ਟਾਈਮ ਬਿਲਕੁਲ ਲੋਕਡਾਊਨ ਹੈ, ਫੈਕਟਰੀਆਂ ਬੰਦ ਹੈ, ਅਸੀਂ ਆਪਣੇ ਜਿਹੜੇ ਡੇਲੀ ਨੀਡਸ ਦੇ ਖਰਚੇ ਕਿੱਦਾਂ ਪੂਰੇ ਕਰਾਂਗੇ? ਅਸੀਂ ਸਰਕਾਰ ਦੇ ਅਗੇਂਸਟ ਨਹੀਂ ਹੈ, ਪਰ ਅਸੀਂ ਸਿੰਪਲ ਇੱਕ ਗੱਲ ਕਰ ਰਹੇ ਹਾਂ ਕਿ ਐਟਲੀਸਟ ਜਿਹੜਾ ਸਾਡਾ ਇੰਡਸਟਰੀਸਟ ਜਿਹੜਾ ਬੰਦਾ ਹੈਗਾ, ਜਿਹੜਾ ਸਾਡਾ ਵਪਾਰੀ ਤਬਕਾ ਹੈਗਾ, ਔਰ ਸਪੈਸ਼ਲ ਪਠਾਨਕੋਟ ਦਾ ਜਿਹੜਾ ਹੈਗਾ, ਉਹਦੇ ਬਾਰੇ ਕੁਛ ਨਾ ਕੁਛ ਤਾਂ ਸਰਕਾਰ ਨੂੰ ਲੈਣਾ ਪਏਗਾ, ਐਕਸ਼ਨ ਤਾਂ ਕੋਈ ਲਏ ਨਾ। ਰੀਸੈਂਟਲੀ ਸਾਨੂੰ ਇਹ ਲੱਗਿਆ ਪਤਾ ਜੀ, ਜੇ ਆਪਣਾ ਇਲੈਕਟ੍ਰੀਸਿਟੀ ਬਿੱਲਸ ਹੈਗੇ ਇਹ ਮਾਫ਼ ਕੀਤੇ ਜਾਣਗੇ। ਅਸੀਂ ਕਿਹਾ ਚਲੋ, ਜਿਹੜੀ ਕਹਿੰਦੇ ਸੀ ਫਿਕਸ ਜਿਹੜਾ ਖਰਚਾ ਆਉਂਦਾ ਹੈਗਾ ਬਿਜਲੀ ਦੇ ਬਿੱਲ ਦਾ, ਉਹ ਮਾਫ਼ ਕਰਨਗੇ, ਅਸੀਂ ਥੋੜ੍ਹੇ ਰਿਲੈਕਸ ਹੋ ਗਏ ਜੀ, ਚਲੋ ਸਾਡਾ ਕੁਛ ਪੈਸਾ ਬਚ ਜਾਏਗਾ। ਹੁਣ ਇਹ ਨਿਊਜ਼ ਆ ਰਹੀ ਹੈ ਕਿ ਜੀ ਉਹ ਕਹਿ ਰਹੇ ਕਿ ਅਪ੍ਰੈਲ ਦੇ ਮਹੀਨੇ ਦਾ ਜਿਹੜਾ ਬਿੱਲ ਆਏਗਾ, ਦੈਟ ਵਿਲ ਬੀ ਔਨ ਐਸ ਔਨ ਐਵਰੇਜ, ਕਿ ਜੋ ਪਿਛਲੇ ਸਾਲ ਤੁਸੀਂ ਅਪ੍ਰੈਲ 'ਚ ਕੰਜ਼ਿਊਮ ਕੀਤੀ ਇਲੈਕਟ੍ਰੀਸਿਟੀ, ਉਸ ਹਿਸਾਬ ਨਾਲ ਤੁਹਾਨੂੰ ਉਹ ਬਿੱਲ ਆਏਗਾ। ਹੁਣ ਦੱਸੋ ਜੀ, ਅਪ੍ਰੈਲ ਦੇ ਮਹੀਨੇ 'ਤੇ ਹੀ ਫੈਕਟਰੀਆਂ ਚਲਾਈਆਂ ਪਿਛਲੇ ਸਾਲ, ਹੁਣ ਸਾਡੀ ਬੰਦ ਪਈ ਹੈ, ਇਸ ਚੀਜ਼ ਨੂੰ ਕਿੱਦਾਂ ਜਸਟੀਫਾਈ ਕਰਾਂਗੇ ਜੀ? ਬਹੁਤ ਸਾਰੀ ਦਿੱਕਤਾਂ ਸਰ। ਅਸੀਂ ਗਵਰਨਮੈਂਟ ਨੂੰ ਇਹ ਨਹੀਂ ਕਹਿ ਰਹੇ ਕਿ ਸਾਨੂੰ ਤੁਸੀਂ ਪੈਸੇ ਲਿਆ ਕੇ ਦੇ ਦਿਉ ਜਾਂ ਸਾਡੇ ਅੱਗੇ ਰੱਖ ਦਿਉ, ਉਹਦੇ ਸਾਰ ਅਸੀਂ ਕਮਾਵਾਂਗੇ, ਖਾਵਾਂਗੇ ਅਤੇ ਖਵਾਵਾਂਗੇ, ਜੇ ਅਸੀਂ ਕਮਾਵਾਂਗੇ ਨਹੀਂ ਤਾਂ ਖਰਚੇ ਕਿੱਦਾਂ ਪੂਰੇ ਕਰਾਂਗੇ ਜੀ? RBI ਨੇ ਕਹਿਤਾ ਜੀ, ਹਰ ਇੱਕ ਫੈਕਟਰੀ ਵਾਲਾ ਜੀ, ਕੋਈ ਵੀ ਹੈ ਵੱਡਾ ਛੋਟਾ ਹੈ, ਉਹਦੇ ਲੋਨਸ ਹੈਗੀਆਂ, ਉਹਦੀ ਲਿਮਿਟਸ ਹੈਗੀਆਂ ਜੀ, ਉਹ ਹਰ ਮਹੀਨੇ ਕਿਸ਼ਤਾਂ ਦੇ ਰਿਹਾ। 1 ਅਪ੍ਰੈਲ ਨੂੰ ਚਾਹੇ ਕਿਸੇ ਦੀ ਲਿਮਿਟ ਚੱਲ ਰਹੀ ਸੀਗੀ, ਲੋਨ ਚੱਲ ਰਿਹਾ ਸੀਗਾ, ਕਿਸ਼ਤਾਂ ਨਿਕਲ ਗਈਆਂ ਜੀ, ਸਰਕਾਰ ਨੇ ਮਾਫ਼ ਨਹੀਂ ਕੀਤੀਆਂ। ਫਿਰ ਕਹਿੰਦੇ ਜੀ ਤੁਹਾਡੀ ਮਾਫ਼ ਹੋਣਗੀਆਂ, ਉਹਦੇ ਵਿੱਚ ਕਲੋਜ਼ ਹੈ ਜੀ। ਤੁਸੀਂ ਇੱਕ ਚੀਜ਼ ਦੇਖੋ, ਕੋਈ ਵੀ ਸਕੀਮ ਨਿਕਲਦੀ ਹੈ ਨਾ, ਥੱਲੇ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨ ਅਪਲਾਈਡ, ਇਹਦੇ ਵਿੱਚ ਵੀ ਲਿਖਿਆ ਜੀ ਕਿ ਤੁਸੀਂ ਬੈਂਕ ਨੂੰ ਲਿਖੋ ਤੁਹਾਡੇ 2 ਮਹੀਨੇ ਦਾ ਇੰਟਰਸਟ, ਉਹ ਮਾਫ਼ ਨਹੀਂ ਕਰ ਰਹੇ, ਉਹ ਅੱਗੇ ਲਿੰਗਰ ਔਨ ਕਰ ਰਹੇ ਹੈ ਕਿ ਜਦ ਲੋਕਡਾਊਨ ਖਤਮ ਹੋਏਗਾ, ਜਦ ਤੁਸੀਂ ਫੈਕਟਰੀਆਂ ਬਹਿ ਜਾਓਗੇ, 2 ਮਹੀਨੇ ਦਾ ਇੰਟਰਸਟ ਪਲੱਸ ਉਸ ਮਹੀਨੇ ਦਾ ਇੰਟਰਸਟ ਉਹ ਤੁਹਾਨੂੰ ਇਕੱਠੇ ਦੇਣਾ ਪਵੇਗਾ। ਹੁਣ ਦੱਸੋ ਜੀ, ਉਹ ਬੰਦਾ ਅਗਰ 1 ਲੱਖ ਰੁਪਏ ਮਹੀਨਾ ਸਪੋਜ਼ ਇੰਟਰਸਟ ਦੇ ਰਿਹਾ, ਫੋਰ ਐਗਜ਼ਾਮਪਲ 2 ਲੱਖ ਤਾਂ ਵੈਸੇ ਬਣ ਗਿਆ, 1 ਲੱਖ ਜਿਸ ਦਿਨ ਉਹ ਕੰਮ ਕਰੇਗਾ ਉਹ ਬਣ ਗਿਆ, 3 ਲੱਖ ਬੈਂਕਾਂ ਨੂੰ ਦੇਗਾ ਅਤੇ 3 ਲੱਖ ਆਪਣਾ ਕੰਮ ਚਲਾਏਗਾ। ਜਿਵੇਂ ਕਿ ਲੋਕਡਾਊਨ ਵੀ ਰਹੇਗਾ ਤਾਂ ਉਹਦੇ ਬਾਵਜੂਦ ਸਰਕਾਰ ਨੇ ਕਿਹਾ ਕਿ ਫੈਕਟਰੀਆਂ ਚਲਾਉਣ ਦੇ ਵੀ ਕੁਛ ਨਿਰਦੇਸ਼ ਦਿੱਤੇ ਗਏ, ਕੁਛ ਫੈਕਟਰੀਆਂ ਚੱਲਣਗੀਆਂ, ਕਿ ਉਹਦੇ ਬਾਅਦ ਫੈਕਟਰੀਆਂ ਦੀ ਕੀ ਸਥਿਤੀ ਰਹੇਗੀ? ਸਰ ਦੇਖੋ ਜੀ, ਬੜੀ ਸਿੰਪਲ ਗੱਲ ਹੈਗੀ ਹੈ, ਜਿਹੜੀ ਗਵਰਨਮੈਂਟ ਨੇ ਪੋਲਿਸੀ ਕੱਢੀ ਹੈ ਕਿ ਜਿਹੜੀ ਅਸੈਂਸ਼ਲਸ ਆਈਟਮਸ ਹੈਗੀਆਂ ਉਹਦੀ ਉਹ ਵਾਲੀ ਫੈਕਟਰੀਆਂ ਰਨ ਕਰ ਸਕਦੇ ਆ, ਬਟ ਅੰਡਰ ਵੈਰੀ ਕੰਡੀਸ਼ਨਸ ਹੈਗੀਆਂ ਉਹਨਾਂ ਦੀਆਂ, ਕਿ ਤੁਹਾਡਾ ਸੋਸ਼ਲ ਡਿਸਟੈਂਸਿੰਗ ਹੋਣੀ ਚਾਹੀਦੀ ਹੈ, ਤੁਹਾਡੇ ਪ੍ਰੋਪਰ ਸੈਨੀਟਾਈਜੇਸ਼ਨ ਦਾ ਸਿਸਟਮ ਅੰਦਰ ਫੈਕਟਰੀ ਵਿੱਚ ਹੋਣਾ ਚਾਹੀਦਾ ਹੈ, ਜਿਹੜੀ ਲੇਬਰ ਕੋਲੋਂ ਤੁਸੀਂ ਕੰਮ ਕਰਵਾ ਰਹੇ ਹੋ ਉਹ ਅੰਦਰ ਪ੍ਰੀਮਿਸਿਸ 'ਚ ਹੀ ਰਹਿਣੀ ਚਾਹੀਦੀ ਹੈ, ਉਹਦਾ ਖਾਣਾ ਪੀਣਾ ਕੰਟੀਨ ਯੇ ਵੋ ਜਾਂ ਸੋ ਮੈਨੀ ਥਿੰਗਸ, ਉਹ ਸਾਰਾ ਵਿਦ ਇਨ ਦਾ ਪ੍ਰੀਮਿਸਿਸ ਹੋਣਾ ਚਾਹੀਦਾ।
अगर तुसी फैक्ट्री नू टू एंड फ्रो सॉरी जो लेबर नू लैके जा रहे हो या भेज रहे हो वह तुसी अपने एक प्राइवेट वहीकल है उसके थ्रू ही कर सकते हो। तो ये लॉकडाउन मैं कहना जी देखो अगर सरकार ने किया है ना कुछ चंगे वास्ते किया असं समझते हैं कि असी भी व्यापारी इन्ने बेवकूफ नहीं है कि भी असं कहेंगे कि अब लॉकडाउन खोल दो असं काम करा असं भी इंटरस्टिड नहीं है सर असं कहें असं एक महीना छड़ के एक महीना होर बता दो 3 मई है 4 जून कर दो कोई प्रॉब्लम नहीं सानू पर सानू जिहड़े ओह जिहड़े हर महीने जिहड़े फिक्स एक्सपेंसिज है उन्होंने तो रोको साडी होर कोई सारी लेबर भी स्टे कर रही है सर ये तो है नहीं कि लेबर असं कट देंगे। एक छोटी जी सर तुसी तुहाडी न्यूज़ चैनल वालों लग्या सी पता सैवन सीज वालों कि तुसी सुजानपुर गए सीगे अपना जिहड़े पैलेसिज हैं उत्थे 1000 दे लोकी रहे करदे सर माइग्रेंट लेबर हैगी उहदा खर्चा कौन चक रहा सरकार चक रही ना सर एडमिनिस्ट्रेशन चक रही है सेम उहो माइग्रेंट लेबर साडी फैक्ट्रियों च वी रहे करदी सर उहदा खर्चा तां असीं चक रहे ना सर असीं नहीं कह रहे सरकार नूं कि तुसी आके उहदा पैसा दो असीं ना मंग रहे हैं असी सिंपल एक गल कह रहे हैं जो साढ़े उपर गवर्नमेंट वालों RBI वालों पंजाब सरकार वालों जेडे फिक्स लाइबिलिटीज साढ़े सिर पर पूनू काइंडली वेव ऑफ कर दो सानू तुसी वधा दो लॉकडाउन कोई प्रॉब्लम नहीं है असी घर बैठे खुश हैं जी अपनी फैमिली में बैठे सानू कोई दिक्कत है उदा ही हर एक बंदे नाल असी बीइंग ह्यूमन बीइंग वी अंडरस्टैंड अगर मेरे घर च 5 जी है ना तो मेरे को 100 बंदे इंपलॉय काम कर रहे हैं मेरी फैक्ट्री वो भी मेरी फैमिली है साड़ी मोरल रिस्पोंसिबिलिटी बनती है जी कि उस फैमिली नूं भी वॉच आउट करना असं कर भी रहे हैं सारे इंडस्ट्री एरिया पठानकोट जिन्ने इंडस्ट्रिस्ट है हर एक जिदे कोल भी लेबर स्टे कर रही है दे आर वेरी वैल लुकिंग आफ्टर देयर इंपलॉयज चाहे वो स्टाफ का बंदा घर घर जाके जी असं तनखावां दित्तियां जी असं ये भी नहीं कहते फैक्ट्री आओ जिते जिते तक साडी अपोज सी असं घर घर जाके तनखावां दे के आए हैं ताकि किसी का घर में चूल्हा पानी ना रुके बट गल उत्थे आ जांदी अनड्यू एडवांटेज और लेबर लै रही है कि सानूं पता लेबर दा एवरीबडी नोज भी कि कई बार ये होंदा कि भी लेबर नूं जिदा कहते जी वो तेल भी चाहिए हूँ तेल का सरों नहीं सू रिफाइंड चाहिए तो देर आर सो मैनी थिंग्स जी असं भी अंडरसटैंड अस कर भी रहे हैं वो चीज़ा। दूसरी गल साड़ी इंडस्ट्री एसोसीएशन जी हैगी है हूँ PM फंड भी है जी CM फंड भी है जी सर उन्होंने को खजाने है मेरी गल का प्लीज़ मतलब गलत मतलब ना जाए सिर्फ ये PM साहब को भी खजाना है CM साहब को भी खजाना है वो इन्ने व्डा जो COVID-19 आया उन्होंने लड़न वास्ते पूरे देश हर एक साडे रिक्वेस्ट कर रहे हैं कि कुछ ना कुछ कॉन्ट्रीब्यूट साडे फंडा विच करो असी किदे को जाइए इन्नी वड्डी देश हैगा उहदे PM साहब भी कह रहे हैं साडे स्टेट दे CM साहब भी कह रहे हैं कि भी सानू कॉन्ट्रीब्यूट करो ताकि असी इस लड़ाई ना लड़िए असी भी अपनी एसोसीएशन ने भी असी पैसा इकट्ठा किया जी हर एक इंडस्ट्रियलिस्ट ने मिल के असी एक जिन्ना भी अमाउंट सीगा असी इकट्ठा किया असी ओह डोनेट करना जी उसी दवांगे जो साडे वल्लों बनेगा इंडस्ट्री एरिया दे इंडस्ट्रियलिस्ट वल्लों सारा कुछ करांगे बट अगर असी सानू अज असी कहीए साडे शहर दा मेन चौक गांधी चौंक है जी ठीक है बड़ी सिंपल जी गल असी सारे डिस्ट्रिक्ट पठानकोट इकट्ठे हो गए तो खड़े हो जाएंगे ना तो कहेंगे ना सारे शहर वासियों नूं कि सर सानू 1-1 रुपया दो जी या 2-2 रुपये दो जी असी अपनी इंडस्ट्री जाने कख नहीं आना सर किसी ने सामने नहीं आना बुरा ना मुने मेरी गल तो मैं सारे असी इसी सिटी दे हैगे हैं बट साडे नाल असी जब अपना काम खोलांगे सानू बैंकां कोल जाके हाथ जोड़ने पैने हैं और ये फैक्ट है सर क्योंकि सानू होर किसी ने हेल्प नहीं करनी असी बैंकों को किसी लिमिट है किसी का लोन है किसी होर लोन चल रहे हैं है। रोज़ रोज़ किस्त कटोई करती हैं सर गड्डियां है ट्रांसपोर्ट वहीकल्स पाए हैं जीपा है ट्रक है वो इंस्टॉलमेंट्स लेते हैं जी वो किस्त भी देनी है किधरों देवे जी अगर वो तुम माफ मैं कहना जो असल है ना असल तो लैना ही है जो इंट्रस्ट है वह माफ कर दो यही रिक्वेस्ट है मेरी सर ते माध्यम वाल सर जिमें कि सरकारां वालों भी किया गया कि जिस तरह तुहाडे बैंक लोन हैगे है उहदे ते तुहानूं जिवें जद तक COVID-19 दा जोर हैगा उह तुहाडे कोल किश्तां नहीं लित्तियां जाणगियां कि बैंकां वालों वाकई कोई रिलैक्सेशन है सर बिल्कुल हैगी है बट वह वेवर नहीं है फर्क है सर वह कहिंदे आ कि तुहाडी सपोज लिमिट चल रही है उहदा इंट्रस्ट बन रहा वह कहिंदे सानूं लैटर लिख दो 2 महीने तक असी तुहाडे अकाउंट चो वो किश्त नहीं कट्टांगे जिदा मैं पहले किया वो किश्त कट्टणगे नहीं पर जिदा तुसी बैठो ये काम ते उन्दे कुछ क्लॉज़ है टर्म एंड कंडीशन है उन्हें छड़ना नहीं है लैने है उन्होंने ये नहीं कि छड़ देंगे असी कह रहे हैं एक बंदे का 1 लाख रुपये का सपोज किश्त बनती है वो तो इंट्रस्ट सपोज 25,000 रुपये फॉर एग्जाम्पल असी कह 1 लाख तुसी ले लो 25,000 तो छड़ दो इंट्रस्ट छड़ दो और इंट्रस्ट भी लै रहे हैं और जिस दिन ही काम पर बैठेंगे उन्होंने उसी महीने इंट्रस्ट लै लेना जी पिछला भी लैणगे तो अगला भी लैणगे असी इंडस्ट्रियां किदों चलानी जी जब असी इंडस्ट्री बैठांगे अपनी फैक्ट्रियां बैठांगे साडे वेंडर्स हैं जी साडे समान आंदा जी किसी ने उधार सानू देना नहीं सर
हर एक को बहाना होना जी कि जी देखो जी ये कोविड-19 तो हूँ उठे जी पैसे नहीं आ रहे मार्केट ये सब नु पता है ये आना ही आना पर जब साढ़े को माल है सू तो देना पैना जी अभी तो वेचा हूँ सिचुएशन व्यापारी की यह हो जानी है समान कैश से खरीदेगा बेचेगा उधार जी वो असी जो सिचुएशन है वह गैप है वह कि पूरा करा इंपलॉयज भी असी देखिए जी लेबर भी असी देखिए जी उनके वेजिज सैलरी वो भी असी देखिए जी बैंक इंट्रस्ट भी असी देखिए जी लिमिटा के इंट्रस्ट भी असी देखिए जी गड्डी की किश्त भी देखिए बिजली के बिल देखिए वाटर के बिल सो मैनी थिंग्स घर के खर्चे भी असी देखिए तुसी दसो ना एक व्यापारी इन्ने खर्चे कर रहे सानू की गवर्नमेंट सानू एक दस दे सानू एक रिलैक्सेशन हुण तक ये असी ये भी समझते हैं कि हले वो टाइम नहीं आया क्योंकि एवरीबडी हर बंदा ये जी एडमिनिस्ट्रेशन है साड़ी या साड़े जिन्ने भी पोलीटल पार्टीज हैं जी NGOs है सारिया इस टाइम एज ए ह्यूमन बीइंग ह्यूमैनिटी वास्ते काम कर रहे हैं वी नो दिस इज नॉट द राइट टाइम टू डिस्कस ऑल दिस थिंग्स कि असी समझते हैं हर बंदा बिजी है कि असी अपनी ह्यूमैनिटी को कितना बचाना है उसके वास्ते लॉकडाउन किया सारे घर बैठे हैं बट मैं फिर हाथ जोड़ के रिक्वेस्ट करना थ्रू ताडे माध्यम तो कि कृपा करके जब भी टाइम लगे सरकार एडमिनिस्ट्रेशन को प्लीज़ साड़ी जिहड़ी इंडस्ट्रीस्ट हैगे आ साडा व्यापारी तबका उनके बारे सीरीयसली ये चीज़ा जिहड़ी बेसिक नीड्स हैगियां इहदे बारे सर जरूर साड़ी आवाज़ मैं कहना साडे जिहड़े जिन्ने भी साडे लोकल हैगे आ या साडे जिहड़े स्टेट दे बैठे आ या साडे जिहड़े कंट्री दे बैठे हैड्स उन्हां तक पहुँचेगा असीं सफरां आ जी ਜਿਵੇਂ ਕਿ ਤੁਸੀਂ ਆਪਣੀ ਇੰਡਸਟਰੀ ਦੇ ਪ੍ਰੈਜ਼ੀਡੈਂਟ ਹੈਗੇ ਹੋ ਕੀ ਇਹ ਮਾਮਲਾ ਤੁਸੀਂ ਉਹਨਾਂ ਦੇ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਦੇਖੋ ਜੀ ਸਾਡੀ ਨੋਰਮਲੀ ਸਾਡੇ ਗਰੁੱਪਸ ਬਣੇ ਹੈਗੇ ਅਸੀਂ ਚੰਡੀਗੜ੍ਹ ਵੀ ਸਾਡੇ ਜਿਹੜਾ PSAC ਡਿਪਾਰਟਮੈਂਟ ਹੈਗਾ ਸਾਡਾ ਇੰਡਸਟਰੀ ਡਿਪਾਰਟਮੈਂਟ ਕਮਰਸ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਸਾਨੂੰ ਬੜੇ ਕੁਐਸਚਨਸ ਪੁੱਛੇ ਜਾ ਰਹੇ ਹੈਗੇ ਆ ਸਾਨੂੰ ਲੈਟਰਸ ਆ ਰਹੀਆਂ ਸਾਨੂੰ ਮੇਲਸ ਆ ਰਹੀਆਂ ਕਿ ਤੁਸੀਂ ਆਪਣੇ ਵਿਚਾਰ ਦਿਓ ਅਸੀਂ ਉਹ ਵੀ ਪ੍ਰੋਪਰ ਅਸੀਂ ਇੱਕ ਲੈਟਰ ਬਣਾ ਕੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਨੂੰ ਜਿੱਦਾਂ ਸਾਡੇ ਚੇਅਰਮੈਨ ਹੈਗੇ ਆ ਆਪਣਾ ਗੁਰਪ੍ਰੀਤ ਗੋਗੀ ਜੀ ਉਹਨਾਂ ਨੂੰ ਵੀ ਭੇਜਿਆ ਹੈਗਾ ਸਾਡੇ ਹੁਣ ਰੀਸੈਂਟਲੀ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਰੀਸੈਂਟਲੀ ਸਾਡੇ ਕੋਲੋਂ ਲਿਸਟ ਮੰਗੀ ਗਈ ਹੈ ਕਿ ਪਠਾਨਕੋਟ ਇੰਡਸਟਰੀ ਵੱਲੋਂ ਜਿੰਨੀਆਂ ਵੀ ਇੰਡਸਟਰੀਜ਼ ਹੈ ਉਹਨਾਂ ਨੇ ਆਪਣਾ ਜਿਹੜੇ ਫੰਡਿੰਗ ਹੈਗੇ CM ਫੰਡਸ ਜਾਂ ਦੂਜੇ ਫੰਡਸ ਵਿੱਚ ਐਡਮਿਨਿਸਟ੍ਰੇਸ਼ਨ ਲੋਕਲ ਐਡਮਿਨਿਸਟ੍ਰੇਸ਼ਨ ਵਿੱਚ ਕੀ ਕੰਟਰੀਬਿਊਟ ਕੀਤਾ ਔਰ ਤੁਹਾਨੂੰ ਕੀ ਪ੍ਰੋਬਲਮ ਫੇਸ ਆ ਰਹੀ ਹੈ ਹਲੇ ਉਹ ਇੱਕ ਲਿਸਟ ਬਣਾ ਰਹੇ ਹੈ ਕਿ ਸਾਡੇ ਵੱਲੋਂ ਕੰਟਰੀਬਿਊਸ਼ਨ ਕੀ ਗਈ ਹੈ ਰੀਸੈਂਟਲੀ ਕੱਲ੍ਹ ਦੀ ਗੱਲ ਹੈਗੀ ਹੈ ਮੈਨੂੰ ਇੱਕ ਵਟਸਐਪ ਆਇਆ ਜੀ ਡਿਪਾਰਟਮੈਂਟ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਤੁਸੀਂ ਕਾਇੰਡਲੀ ਆਪਣੇ ਜਿੰਨੇ ਇੰਡਸਟਰੀਸਟ ਹੈ ਉਹਨਾਂ ਦੇ ਵਿਊਜ਼ ਲਓ ਨੋ ਡਾਊਟ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਸਟੈਪਸ ਲੈ ਰਹੀ ਹੈ ਉਹ ਬਿਲਕੁਲ ਸਾਡੇ ਬਾਰੇ ਕੁਛ ਨਾ ਕੁਛ ਸੋਚ ਰਹੀ ਹੋਗੀ ਤਾਂ ਸਾਨੂੰ ਇਹ ਇਨਫੋਰਮੇਸ਼ਨ ਲੈ ਰਹੀ ਹੈ ਉਹ ਡਿਫਰੈਂਟ ਡਿਫਰੈਂਟ ਇੰਡਸਟਰੀ ਏਰੀਆ ਤੋਂ ਲੁਧਿਆਣਾ ਅੰਮ੍ਰਿਤਸਰ ਜਲੰਧਰ ਜਿੰਨੇ ਵੀ ਹੈਗੇ ਔਰ ਪਠਾਨਕੋਟ ਸਾਰਿਆਂ ਕੋਲੋਂ ਲਿਸਟ ਉਹ ਜ਼ਰੂਰ ਇਕੱਠੀਆਂ ਕਰ ਰਹੀ ਹੈ ਉਹਨਾਂ ਦੇ ਜਿਹੜੇ ਆਪਣਾ ਪ੍ਰੋਬਲਮ ਫੇਸ ਕਰ ਰਹੇ ਹੈ ਅਸੀਂ ਰੀਸੈਂਟਲੀ ਉਹਨਾਂ ਨੂੰ ਬਣਾ ਕੇ ਮੇਲ ਵੀ ਕਰਤੀ ਹੈਗੀ ਹੈ ਕੱਲ੍ਹ ਲਾਸਟ ਡੇਟ ਸੀ 18 ਤਰੀਕ ਅਤੇ ਅੱਜ ਅਸੀਂ ਉਹ ਬਣਾ ਕੇ ਅੱਜ ਮੇਲ ਕਰਤੀ ਉਹਨਾਂ ਡਿਪਾਰਟਮੈਂਟ ਨੂੰ ਕਿ ਅਸੀਂ ਇਹ ਇੰਡਸਟਰੀਲਿਸਟ ਇਹ ਪ੍ਰੋਬਲਮ ਫੇਸ ਕਰ ਰਹੇ ਹਾਂ ਪ੍ਰੋਬਲਮ ਇਹੀ ਹੈ ਜੋ ਮੈਂ ਤੁਹਾਨੂੰ ਡਿਸਕਸ ਕੀਤੀ ਹੈ ਦਿਸ ਇਜ਼ ਦ ਓਨਲੀ ਪ੍ਰੋਬਲਮਸ ਹੋਰ ਸਾਨੂੰ ਇਹਦੇ ਇਲਾਵਾ ਕੋਈ ਦਿੱਕਤ ਨਹੀਂ ਹੈ ਜੀ ਸਾਨੂੰ ਇਹ ਹੈ ਸਾਡਾ ਅੱਜ ਖੁੱਲ੍ਹਦਾ ਲੋਕਡਾਊਨ ਕੱਲ੍ਹ ਖੁੱਲ੍ਹਦਾ ਮਹੀਨੇ ਬਾਅਦ ਖੁੱਲ੍ਹਦਾ ਵੀ ਆਰ ਵਿਦ ਦ ਗਵਰਨਮੈਂਟ ਅਸੀਂ ਸਰਕਾਰ ਦੇ ਨਾਲ ਹੈ ਅਸੀਂ ਐਡਮਿਨਿਸਟ੍ਰੇਸ਼ਨ ਦੇ ਨਾਲ ਹੈਗੇ ਹਾਂ ਜਿੱਥੇ ਬੋਲੋਗੇ ਉੱਥੇ ਖੜ੍ਹੇ ਹੋਵਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ ਵੀ ਡੋਂਟ ਵਾਂਟ ਟੂ ਡਿਸਅਵੇ ਅਵੇ ਕਿ ਇਹਨਾਂ ਦਾ ਅਸੀਂ ਨਹੀਂ ਅਸੀਂ ਤੁਹਾਡੇ ਅਗੇਂਸਟ ਜਾਣ ਨਹੀਂ ਜੀ ਅਸੀਂ ਜਾ ਹੀ ਨਹੀਂ ਸਕਦੇ ਔਰ ਅਸੀਂ ਜਾਣਦੇ ਹਾਂ ਜੋ ਕਰੀਏ ਚੰਗੇ ਵਾਸਤੇ ਕਰੀਏ ਮਾੜੇ ਵਾਸਤੇ ਨਹੀਂ ਕਰ ਰਹੀ ਹੈ ਬਟ ਇਨ ਬਿਟਵੀਨ ਜਿਹੜਾ ਟਾਈਮ ਹੈਗਾ ਵਪਾਰੀ ਵਾਸਤੇ ਸੋਚਣਗੇ ਅਸੀਂ ਰਿਲੈਕਸ ਹੋ ਕੇ ਸੋਚ ਸਕਾਂਗੇ ਜੀ ਕਿਉਂਕਿ ਇਸ ਟਾਈਮ ਰਾਤੀ ਵੀ ਕਹਿੰਦੇ ਸੁੱਤੇ ਸੁੱਤੇ ਵੀ ਸਾਡਾ ਮੀਟਰ ਚੱਲ ਰਿਹਾ ਜੀ ਇੰਟਰਸਟ ਦਾ ਇਹ ਫੈਕਟ ਹੈ ਜੀ ਤੁਸੀਂ ਕਿਸੇ ਵੀ ਵਪਾਰੀ ਕੋਲ ਜਾਓਗੇ ਨਾ ਅਜੇ ਜੀ ਸਾਰਿਆਂ ਦੀ ਇਹੀ ਦਿੱਕਤ ਹੈ ਔਰ ਮੈਂ ਜੋ ਬੋਲ ਰਿਹਾ ਔਨ ਦ ਬਿਹਾਫ ਆਫ ਜਿੰਨਾ ਸਾਡੀ ਐਸੋਸੀਏਸ਼ਨ ਹੈਗੀ ਹੈ ਹਰ ਇੱਕ ਬੰਦੇ ਦੇ ਬਿਹਾਫ ਤੋਂ ਬੋਲ ਰਿਹਾ ਜੀ ਸਾਡੇ ਰੀਸੈਂਟਲੀ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸੀਗਾ ਸਾਡੇ ਇੰਡਸਟਰੀਸਟ ਹੈਗੇ ਹੈ ਉਹਨਾਂ ਨੇ ਕਿਹਾ ਉਹ ਬੈਂਕ ਗਏ ਸੀਗੇ ਠੀਕ ਹੈ ਜੀ ਉਹਨਾਂ ਦਾ ਸਵੇਰੇ ਮਤਲਬ ਵਿਦਆਊਟ ਐਨੀ ਇਨਫੋਰਮੇਸ਼ਨ 42,000 ਰੁਪਏ ਕਟੋ ਗਿਆ ਜੀ ਕੋਈ ਇੰਟਰਸਟ ਸੀਗਾ ਕੀ ਸੀਗਾ ਉਹਨਾਂ ਨੂੰ ਬੈਂਕ ਜਾ ਕੇ ਫੋਨ ਲੱਗਿਆ ਮੈਸੇਜ ਆ ਬੈਂਕ ਜਾ ਕੇ ਪੁੱਛਿਆ ਕਹਿੰਦੇ ਜੀ ਤੁਹਾਡੀ ਕਿਸ਼ਤ ਕਟੋ ਗਈ ਹੈ ਹੁਣ ਹਰੇਕ ਦੀ ਪਲੈਨਿੰਗ ਹੁੰਦੀ ਹੈ ਜੀ ਹੁਣ ਅਨ ਕਹਿੰਦੇ ਨਾ ਇੱਕ ਅਨਡਿਊ ਐਡਵਾਂਟੇਜ ਆ ਗਏ ਇੱਕ ਅਨਡਿਊ ਖਰਚੇ ਆ ਗਏ ਉਹ ਅਸੀਂ ਕਹਿੰਦੇ ਅਨਡਿਊ ਖਰਚੇ ਸਾਡੇ ਕੋਲ ਨਾਲ ਹੈ ਬਸ ਵੀ ਆਈ ਰਿਕੁਐਸਟ ਯੂ ਕਿ ਕਾਇੰਡਲੀ ਸਾਡੀ ਇਹ ਗੱਲ ਜਿਹੜੀ ਹੈਗੀ ਹੈ ਪਠਾਨਕੋਟ ਦੀ ਇਹ ਤੁਸੀਂ ਸਾਡੇ ਜਿਹੜੇ ਜਿੰਨੇ ਵੀ ਆਪਣੇ ਜਿੱਥੇ ਤੱਕ ਪਹੁੰਚਾ ਸਕਦੇ ਹੋ ਆਈ ਐਮ ਗ੍ਰੇਟਫੁਲ ਥੈਂਕਫੁਲ ਟੂ ਯੂ ਜੀ